मंदभागी कट्टा सामने आई है जिथे की बरनाला दे विच गौवंश कट के उसका मीट वेचण दा मामला सामने आया। दसदी की पिंड दी ही हड्डा रूड़ी दे विच गौवंश दे अंग सुट के एक कसाई फरार हो गया ते जिसते चलदिया गौवंश रक्षकां दे विच भारी रोस पाया जा रहा है। जदों इस पूरे मामले दे संबंध विच गौ रक्षा दल दे आगुआं दे नाल गलबात कीती गई तां उन्हां दा कहना सी कि बरनाला जिले दे पिंड मौड़नाबा दे विच एक व्यक्ति पक्को कैंचियां दे विच मीट वेचण दा काम करदा है ते उह लंबे समें तों गौवंश दा मीट कट के लोकां नूं बकरे दा मीट कह के वेच रिहा। इस व्यक्ति दे पिंड मोड़ दे विच हड्डा रोड़ी दे विच गौवंश दे अंग सुट्टे गए ने जद कि ओह कसाई मौके तो फरार हो गया। मैनूं परड़ सिंह ने फोन लाया सीगा ते मैं मौड़नाबे तो फीड लैके आउंदा सीगा ते इहनूं कोई शक्की बंद मोटरसाइकल दिसिया सीगा, ठीक है, ते इहने मैनूं फोन लाया, मैनूं कहिंदा केबलां वाले बंदे फिरदे आ। मैनूं कहिंदा किथे आ, मेरा घर हैगा सामने नाल ही आ घर दे, ते मैं कहा मैं मौड़नाबे आ, कहिंदा इधर नूं आ गए बंदे। मैं मूहरों मोटरसाइकल लाया, मैं इह मोटरसाइकल दोनों तेज़ जांदे देखे ਤਾਂ ਮੈਂ ਉਹਨੂੰ ਰੋਕਣ ਦੀ ਆਸ ਕੋਸ਼ਿਸ਼ ਕੀਤੀ, ਹੱਥ ਦਿੱਤਾ ਉਹਨੂੰ ਮੈਂ ਕਿਹਾ, ਅਤੇ ਉਹ ਬੰਦਾ ਮੈਨੂੰ ਕਹਿੰਦਾ ਮੈਂ ਆਸੂ ਹਾਂ, ਮੈਨੂੰ ਆਸੂ ਕਹਿ ਕੇ ਉਹਨੇ ਮੋਟਰਾਂ ਖਿੱਚਤਾ। ਮੈਂ ਵਿੱਚ ਮਾਰਿਆ ਮੋਟਰਾਂ 'ਤੇ, ਮੈਂ ਮੇਰੇ ਮਗਰ ਦੇ ਵੀ ਫੀਡ ਦੇ ਕੱਟੇ, ਮੈਂ ਡਿੱਗ ਪਿਆ, ਠੀਕ ਹੈ, ਮੇਰਾ ਮੋਟਰਾਂ ਭਾਰ ਸੀਗਾ ਮੋਟਰਾਂ 'ਤੇ, ਅਤੇ ਉਹ ਬੰਦਾ ਡਿੱਗਦਾ ਡਿੱਗਦਾ ਸੰਭਲ ਗਿਆ। ਮਗਰ ਹੀ ਪਰਗਟ ਸਿੰਘ ਦਾ ਮੋਟਰਾਂ ਸੀਗਾ, ਮੈਂ ਮਗਰ ਆਪ ਜਿਹੜਾ ਮੋਟਰਾਂ ਛੱਡ ਕੇ ਮੈਂ ਪਰਗਟ ਦੇ ਮੋਟਰਸਾਈਕਲ 'ਤੇ ਬਹਿ ਗਿਆ। ਮਗਰ ਮੈਂ ਉਹਦੇ ਮਗਰ ਗਿਆ, ਮੈਂ ਮੂਹਰੇ ਮੁੰਡਿਆਂ ਨੂੰ ਫੋਨ ਲਾਤਾ, ਉਹਨਾਂ ਨੇ ਵੀ ਦੇਖਿਆ, ਉਹਨਾਂ ਨੂੰ ਵੀ ਇਹੀ ਗੱਲ ਕਹਿ ਕੇ ਲੰਘਿਆ। ਉਹ ਕਹਿੰਦਾ ਮੈਂ ਆਸੂ ਹਾਂ, ਆਸੂ ਕਹਿ ਕੇ ਉਹ ਚਿੜੀਆ ਮੌੜਨਾਬੇ 'ਚ ਵੜ ਗਿਆ, ਉੱਥੋਂ ਜਿੱਥੋਂ ਗੁੰਮ ਹੋ ਗਿਆ। ਕਿਸ ਜਾਨਵਰ ਦਾ ਸੀਗਾ ਜਿਹੜਾ ਦੱਸਿਆ ਜਾ ਰਿਹਾ ਹੈ? ਗਊ ਦਾ ਜੀ, ਇੱਕ ਕੱਟੇ ਦਾ ਸੀਗਾ ਜੀ, ਅਤੇ ਦੋ ਬੱਸਰੂ ਆ। ਇੱਕ ਕਹਿੰਦੇ ਘਰ ਵੀ ਦਾ ਘਰੋਂ ਵੀ ਕੀਤਾ ਹੋਇਆ ਘਰੋਂ ਬਾਈ, ਅਸੀਂ ਇੱਥੋਂ ਜਦੋਂ ਮੋਟਰਸਾਈਕਲ ਹੱਕ 'ਤੇ ਮਗਰ ਉਹਦੇ, ਸਾਨੂੰ ਉਹ ਨਹੀਂ ਥਾਇਆ ਪਿੰਡ ਮੌੜਨਾਬੇ 'ਚ, ਪਿੰਡ ਵੱਡਾ ਕਰਕੇ ਗੁੰਮ ਗਿਆ ਇੱਥੋਂ, ਅਸੀਂ ਉਹਦੇ ਘਰ ਵਗ ਗਏ। ਉਹਦਾ ਇੱਕ ਜਵਾਕ ਹੈਗਾ ਸਾਰਾ ਮੰਨ ਕੇ ਚੱਲੋ ਵੀ 11-12 ਸਾਲ ਦਾ, ਇੱਕ ਹੋਊਗਾ 16-17 ਸਾਲ ਦਾ। ਉਹ ਅਸੀਂ ਦੇਖੇ ਦੋਨੇ ਜਣੇ, ਅਤੇ ਉਹਨਾਂ ਸਾਡੀ ਵੀਡੀਓ ਹੈਗੀ ਸਾਡੇ ਕੋਲ, ਇੱਕ ਬੱਸੀ ਦੇਸੀ ਗਾਂ, ਅਤੇ ਉਹ ਖਿੱਚੀ ਆਉਂਦੇ ਸੀਗੇ। ਅਸੀਂ ਜਦੋਂ ਉਹਨਾਂ ਦੇ ਮਗਰ ਪਏ, ਅਸੀਂ ਕਿੱਥੇ ਲੈ ਕੇ ਜਾਂਦੇ ਹੋ, ਉਹ ਜਾ ਕੇ ਸਿੱਧੇ ਆਸੂ ਦੇ ਘਰ ਵੜ ਗਏ, ਬੱਸੀ ਉੱਥੇ ਛੱਡ ਗਏ, ਬੱਸੀ ਅਸੀਂ ਬੰਨ ਲਈ। ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਇੱਥੇ? ਪ੍ਰਸ਼ਾਸਨ ਦੇ ਦੋ ਅਧਿਕਾਰੀ ਆਏ ਸੀ ਬਾਈ, ਉਹ ਕਹਿੰਦੇ ਵੀ ਅਸੀਂ 9 ਵਜੇ ਆ ਕੇ ਕਾਰਵਾਈ ਕਰਾਂਗੇ ਤੁਹਾਡੇ। ਇਹ ਜੀ ਮੋੜ ਨਾਭੇ ਕੋਈ ਆਸੂ ਖਾਨ ਰਹਿੰਦਾ ਜੀ, ਉਹਦੀ ਮੀਟ ਦੀ ਦੁਕਾਨ ਹੈ ਜੀ। ਰਾਤ ਵਾਲੀ ਜਿਹੜੀ ਘਟਨਾ ਹੈ ਜੀ, ਰਾਤ ਕੀ ਹੋਇਆ ਵੀ ਉਹ ਜਿਹੜਾ ਮੀਟ ਵੇਚਦਾ ਸੀਗਾ ਦੁਕਾਨ 'ਤੇ ਜਾਂ ਲੋਕਾਂ ਨੂੰ ਦਿੰਦਾ ਸੀ, ਉਹੋ ਜੀ ਜਿਹੜੀਆਂ ਬੱਚੀਆਂ ਅਤੇ ਬੱਚੇ ਬੇਸਹਾਰਾ ਘੁੰਮ ਰਹੇ ਉਹਨਾਂ ਨੂੰ ਫੜ ਕੇ ਘਰ ਲੈ ਜਾਂਦਾ ਸੀ, ਉਹਨਾਂ ਦੀ ਕੱਟ ਵੱਢ ਕਰਕੇ ਲੋਕਾਂ ਨੂੰ ਗਊ ਮਾਸ ਖਵਾ ਰਿਹਾ ਸੀ। ਪਿੰਡ ਵਾਲਿਆਂ ਨੇ ਫੜ ਲਿਆ, ਭਗਤਪੁਰਾ ਮੋੜ ਹੱਡਾ ਰੂੜੀ ਦੇ ਵਿੱਚ ਉਹਦੇ ਅੰਗ ਸਿੱਟਣ ਗਿਆ ਸੀ, ਅਤੇ ਪਿੰਡ ਵਾਲਿਆਂ ਨੇ ਦੇਖਿਆ ਵੀ ਅੰਗ ਸਿੱਟ ਰਿਹਾ, ਪਿੰਡ ਵਾਲੇ ਉਹਦੇ ਮਗਰ ਲੱਗੇ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਦੀ ਇਤਲਾਹ ਪਿੰਡ ਵੱਲੋਂ ਪੁਲਿਸ ਨੂੰ ਦਿੱਤੀ ਗਈ, ਜਦ ਉਸਦੇ ਘਰ ਰੇਡ ਕੀਤੀ ਗਈ ਤਾਂ ਇੱਕ ਬੱਚੀ ਛੋਟੀ ਜੀ ਬਰਾਮਦ ਹੋਈ ਹੈ ਜੀ। ਮੌੜਨਾਬਾ ਦੀ ਹੱਡਾ ਰੂੜੀ ਇੱਥੇ ਨੇੜੇ, ਅਤੇ ਨੇੜੇ ਮੇਰਾ ਖੇਤ ਆ, ਅਤੇ ਮੈਂ ਉੱਥੇ ਖੜ੍ਹਾ ਸੀ। ਉੱਥੇ ਮੈਂ ਦੋ ਸੱਕੀ ਦੇਖੇ ਜੋ ਮੋਟਰਸਾਈਕਲ 'ਤੇ ਆਉਂਦੇ ਸੀ, ਮੋਟਰਸਾਈਕਲ ਦੇ ਦੋਨੇ ਸਾਈਡਾਂ 'ਤੇ ਬੋਰੀਆਂ ਭਰੀਆਂ ਹੋਈਆਂ ਸੀ। ਮੈਂ ਚੋਰ ਸਮਝ ਕੇ ਉਹਨਾਂ ਦੇ ਮਗਰ ਲੱਗਿਆ, ਅਤੇ ਇੱਥੇ ਸਾਡੇ ਪੰਚਾਇਤੀ ਤੱਕ ਆ, ਉਹਦੇ ਵਿੱਚ ਦੋ ਮੋਟਰਾਂ, ਮੈਂ ਕਿਹਾ ਵੀ ਇਹ ਕੇਬਲ ਚੋਰੀ ਕਰਨ ਆਏ ਆ। ਜਦੋਂ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀ, ਉਹ ਮੈਨੂੰ ਕਹਿੰਦੇ ਵੀ ਅਸੀਂ ਤਾਂ ਇੱਥੇ ਇੱਕ ਬੱਸੀ ਸਿੱਟਣ ਆਏ ਹਾਂ, ਅਤੇ ਉਹ ਇੱਥੋਂ ਆਏ ਭੱਜ ਲਏ ਭਗਤਪੁਰੇ ਨੂੰ। ਮੈਂ ਮੋਟਰਸਾਈਕਲ ਮਗਰ ਲਾ ਲਿਆ, ਅਤੇ ਉਹ ਗਾਹਾਂ ਭੱਜਣ ਲੱਗੇ, ਮੈਂ ਕਿਹਾ ਵੀ ਅੱਗੇ ਬੰਦੇ ਖੜ੍ਹੇ, ਉਹ ਵਾਪਸ ਮੁੜ ਗਏ। ਮੂਹਰੇ ਨਿੱਕਾ ਸਿੰਘ ਸੀਗਾ ਅਤੇ ਮੇਰਾ ਦੋਸਤ, ਅਤੇ ਮੈਂ ਉਹਨੂੰ ਫੋਨ ਕਰਿਆ ਅਤੇ ਉਹਨੇ ਮੂਹਰੇ ਮੋਟਰਸਾਈਕਲ ਸਿੱਟਿਆ, ਉਹਦੇ ਵਿੱਚ ਮੋਟਰਸਾਈਕਲ ਵੀ ਮਾਰ ਗਏ, ਅਤੇ ਉਦੋਂ ਬਾਅਦ ਉਹ ਮੌੜਨਾਬਾ ਨੂੰ ਦੇ ਵਿੱਚ ਦੀ ਝਿੜੀ ਵਾਲੇ ਰਾਹ ਭੱਜ ਗਏ। ਹੁਣ ਕੀ ਆ ਮੌਕੇ ਦਾ ਸੀਨ ਕੀ ਆ ਜੀ? ਹੁਣ ਮੌਕੇ ਦਾ ਸੀਨ ਤੁਸੀਂ ਵੀ ਦੇਖ ਲਿਆ, ਤੁਸੀਂ ਵੀ ਦੇਖ ਚੁੱਕੇ ਹੋ, ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ। ਉਧਰ ਇਸ ਪੂਰੇ ਮਾਮਲੇ ਦੇ ਸੰਬੰਧ ਦੇ ਵਿੱਚ ਜਾਂਚ ਅਧਿਕਾਰੀ ਬਲਦੇਵ ਸਿੰਘ ਦਾ ਕੀ ਕੁਝ ਕਹਿਣਾ ਹੈ, ਤੁਸੀਂ ਵੀ ਸੁਣੋ। ਇਹ ਰਾਹ ਸਾਨੂੰ ਫੋਨ ਆਇਆ ਸੀਗਾ ਮੌੜਨਾਬੇ ਤੋਂ ਵੀ ਆਸੂ ਖਾਨ ਦਾ ਕੋਈ ਨਾਂ ਦਾ ਵਿਅਕਤੀ ਹੈਗਾ, ਉਹ ਗਾਂ ਵੱਢਾਂ ਵੇਚ ਕੇ ਵੇਚਦਾ ਹੈਗਾ, ਅਤੇ ਭਗਤਪੁਰਾ ਮੋੜ ਕੋਈ ਰੋੜਾ ਹੱਡੀ ਹੈ, ਉੱਥੇ ਕੋਈ ਜਾਨਵਰ ਪਿਆ ਹੈਗਾ। ਸੰਬੰਧ ਅਸੀਂ ਗਏ ਸੀ ਉੱਥੇ ਅਸੀਂ, ਅਤੇ ਉਸ ਤੋਂ ਬਾਅਦ ਸਾਨੂੰ ਸੰਦੀਪ ਕੁਮਾਰ ਵਰਮਾ ਪੁੱਤਰ ਰਵਿੰਦਰ ਨਾਥ ਪ੍ਰਧਾਨ ਪੰਜਾਬ ਗਊਸ਼ਾਲਾ ਰੱਖਿਆ ਦਾ ਮਤਲਬ ਕਿ ਹੋਇਆ ਸੀਗਾ, ਉਹਦਾ ਬਿਆਨ ਲਿਖਿਆ, ਉਹਦੇ ਬਿਆਨ ਲਿਖ ਕੇ ਅਸੀਂ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਰਹੇ ਹਾਂਗੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਦੋਂ ਤੱਕ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ ਜਾਂਦਾ ਹੈ। ਜਗਬਾਣੀ ਟੀਵੀ ਦੇ ਲਈ ਬਰਨਾਲਾ ਤੋਂ ਵਨੀਤ ਸ਼ਰਮਾ ਦੀ ਰਿਪੋਰਟ।